ਸਰ ਕੱਲ੍ਹ ਇੱਕ ਨਸ਼ੇੜੀ ਇੱਥੇ ਸਾਡੇ ਓਟ ਸੈਂਟਰ ਹੈਗਾ ਉੱਥੇ ਰੈਗੂਲਰਲੀ ਉਹ ਆਉਂਦਾ ਉੱਥੇ ਇਹਦੀ ਉਹਦੀ ID ਵੀ ਬਣੀ ਹੋਈ ਹੈ। ਉਹ ਪਹਿਲਾਂ ਵੀ ਉਹ ਮੈਨੂੰ ਬਹੁਤ ਵਾਰ ਤੰਗ ਕਰ ਚੁੱਕਿਆ। ਦਸੰਬਰ 'ਚ ਵੀ ਮੇਰੇ ਨਾਲ ਸੇਮ ਇੰਸੀਡੈਂਸ ਹੋਇਆ ਸੀਗਾ। ਦਸੰਬਰ 'ਚ ਵੀ ਆ ਕੇ ਉਹਨੇ ਮੇਰਾ ਰੂਮ ਦੇ ਸ਼ਰੇਆਮ ਉਹਨੇ ਰੂਮ 'ਚ ਆ ਕੇ ਅੰਦਰੋਂ ਕੁੰਡੀ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਉਹ ਤਾਂ ਬਾਈ ਚਾਂਸ ਮੇਰੀ ਕੁੰਡੀ ਅੰਦਰੋਂ ਲੱਗਦੀ ਨਹੀਂ ਹੈਗੀ, ਉਹ ਟੈਕਨੀਕਲ ਐਰਰ ਹੈਗਾ ਆਲਰੇਡੀ, ਅਤੇ ਉਹ ਲੱਗੀ ਨਹੀਂ ਹੈਗੀ। ਤਾਂ ਉਸ ਦਿਨ ਤਾਂ ਮੈਂ ਬਚ ਗਈ ਹੈਗੀ, ਉਸ ਦਿਨ ਵੀ ਉਹਨੇ ਆ ਕੇ ਮੈਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਉਹਦੇ ਬਾਅਦ ਕੱਲ੍ਹ ਫਿਰ ਉਹ ਸਵੇਰੇ ਮੇਰੇ ਕੋਲ ਆਉਂਦਾ, ਅਤੇ ਜਿਵੇਂ ਮੈਂ ਨੋਰਮਲ ਆਪਣਾ 8:30 ਵਜੇ ਆ ਕੇ ਆਪਣੇ OPD ਪੇਸ਼ੈਂਟ ਦੇਖਣੇ ਸਟਾਰਟ ਕੀਤੇ, ਉਹ ਸਵੇਰੇ ਸਵੇਰੇ ਆਇਆ, ਮੈਨੂੰ ਨੀਂਦ ਦੀਆਂ ਦਵਾਈਆਂ ਲਿਖ ਕੇ ਦਿਓ। ਮੈਂ ਕਿਹਾ ਮੈਂ ਨਹੀਂ ਲਿਖ ਸਕਦੀ, ਮੈਨੂੰ ਕੋਈ ਅਥਾਰਟੀ ਨਹੀਂ ਹੈਗੀ, ਤੁਸੀਂ 25 ਨੰਬਰ ਐਮਰਜੈਂਸੀ 'ਚ ਚਲੇ ਜਾਓ, ਉੱਥੇ ਜਾ ਕੇ ਤੁਸੀਂ ਲਿਖਵਾ ਲਓ। ਮੈਂ ਬੜੇ ਆਰਾਮ ਨਾਲ ਗੱਲ ਕੀਤੀ। ਉਹਦੇ ਬਾਅਦ ਫਿਰ ਦੂਜੀ ਵਾਰ ਆਇਆ, ਤੁਸੀਂ ਲਿਖ ਕੇ ਦਿਓ, ਤੁਸੀਂ ਲਿਖ ਕੇ ਦਿਓ, ਇੱਦਾਂ ਕਿੱਦਾਂ ਤੁਸੀਂ ਮਨਾ ਕਰ ਰਹੇ ਹੋ, ਇੱਦਾਂ ਕਿੱਦਾਂ ਮਨਾ ਕਰ ਰਹੇ ਹੋ। ਮੇਰੇ ਕੋਲ ਪੇਸ਼ੈਂਟ ਸੀ, ਮੈਂ ਪੇਸ਼ੈਂਟ ਦੇਖ ਰਹੀ ਸੀ, ਉਹਨੇ ਵੀ ਉਹਨੂੰ ਕਿਹਾ ਕਿ ਤੂੰ ਦੂਜੀ ਜਗ੍ਹਾ ਚਲੇ ਜਾਣਾ, ਤੂੰ ਉੱਧਰ ਸਰ ਕੋਲ ਲਿਖਵਾ ਲਾ ਜਾ ਕੇ। ਉਹਨੇ ਵੀ ਉਹਨੂੰ ਪੇਸ਼ੈਂਟ ਨੇ ਵੀ ਉਹਨਾਂ ਨੂੰ ਕਿਹਾ ਵੀ ਤੂੰ ਚਲਾ ਜਾ, ਹੈ ਨਾ, ਤਾਂ ਚਲੇ ਗਿਆ। ਤੀਜੀ ਵਾਰ ਜਦ ਮੇਰੇ ਕੋਲ ਕੋਈ ਵੀ ਨਹੀਂ ਸੀ, ਪੇਸ਼ੈਂਟ ਨਹੀਂ ਸੀ, ਨਾ ਬਾਹਰ ਕੋਈ ਮਰੀਜ਼ ਬੈਠਾ ਸੀ, ਤੀਜੀ ਵਾਰ ਤੈਨੂੰ ਦੇਖ ਲੂੰਗਾ, 104 'ਤੇ ਕਾਲ ਮਿਲਾਈ ਹੋਈ, ਔਰ 104 'ਤੇ ਕਾਲ ਮਿਲਾ ਕੇ ਮੈਨੂੰ ਧਮਕੀਆਂ ਦੇ ਰਿਹਾ, ਮੈਂ ਦੇਖੋ ਤੁਹਾਡੀ ਕੰਪਲੇਂਟ ਕਰ ਰਿਹਾ, ਮੈਂ ਕੰਪਲੇਂਟ ਕਰ ਰਿਹਾ ਤੁਹਾਡੀ। ਮਤਲਬ ਚੌਥੀ ਵਾਰ ਜਦ ਫਿਰ ਉਹਨੂੰ ਮੈਂ ਕਿਹਾ ਕਿ ਤੂੰ ਚਲੇ ਜਾ, ਤੂੰ ਮਤਲਬ ਮੈਂ ਬਾਹਰ ਵੀ ਜਾਣ ਲੱਗੀ, ਉਹ ਅੱਗੇ ਮੇਰੇ ਦਰਵਾਜ਼ੇ ਦੇ ਆ ਕੇ ਅੱਗੇ ਖੜ੍ਹ ਗਿਆ, ਮੈਨੂੰ ਬਾਹਰ ਵੀ ਨਹੀਂ ਨਿਕਲਣ ਦਿੱਤਾ। ਚੌਥੀ ਵਾਰ ਆ ਕੇ ਕਹਿੰਦ ਮੈਨੂੰ ਮੇਰੇ ਮੂੰਹ 'ਤੇ ਧਮਕੀ ਦੇਣੀ ਸ਼ੁਰੂ ਕਰਤੀ ਕਿ ਤੈਨੂੰ ਦੇਖ ਲੂੰਗਾ, ਤੂੰ ਇੱਥੋਂ ਹੀ ਲੰਘਦੀ ਹੈ ਨਾ, ਤੈਨੂੰ ਦੇਖ ਲੂੰਗਾ। ਮੈਂ ਕੰਪਲੇਂਟ ਕੀਤੀ, ਮੈਂ ਉਸੇ ਟਾਈਮ ਪੁਲਿਸ ਸਟੇਸ਼ਨ ਕਾਲ ਕੀਤੀ ਹੈਗੀ ਹੈ। ਪੁਲਿਸ ਸਟੇਸ਼ਨ ਵੀ ਕੰਟਰੋਲ ਰੂਮ ਤੋਂ ਕਾਫੀ ਐਫਰਟ ਲਾਉਣ ਤੋਂ ਬਾਅਦ ਪੁਲਿਸ ਵਾਲੇ ਨੇ ਭੇਜਿਆ, ਉਹਨਾਂ ਨੇ ਆ ਕੇ ਉਹਨੂੰ ਪਹਿਲਾਂ ਵਰਬਲੀ ਕਿਹਾ ਕਿ ਤੂੰ ਚਲਾ ਜਾ, ਫਿਰ ਮੇਰੇ ਵੱਲੋਂ ਉੱਪਰੋਂ ਕੰਪਲੇਂਟ ਜ਼ਿਆਦਾ ਕਰਨ, DSP ਨੂੰ ਸਿੱਧੇ ਕੰਪਲੇਂਟ ਕਰਨ 'ਤੇ ਫਿਰ ਉਹ ਉਹਨੂੰ ਲੈ ਕੇ ਗਏ, ਲੈ ਕੇ ਵੀ ਹੁਣ ਸ਼ਾਮ ਨੂੰ ਉਹਦੀ ਬੇਲ ਕਰ ਦਿੱਤੀ ਗਈ, ਅਤੇ ਉਹ ਅੱਜ ਸਵੇਰੇ ਫਿਰ ਤੋਂ ਇੱਥੇ ਹੀ ਘੁੰਮ ਰਿਹਾ ਸੀਗਾ। ਔਰ ਬਕਾਇਦਾ ਉਹ ਜਿਹੜਾ ਪੁਲਿਸ ਮੁਲਾਜ਼ਮ ਆਏ ਸੀਗੇ, ਉਹਨਾਂ ਦੇ ਸਾਹਮਣੇ ਮੋਟਰਸਾਈਕਲ 'ਤੇ ਬੈਠਾ ਮੈਨੂੰ ਧਮਕੀਆਂ ਦੇ ਰਿਹਾ ਸੀ, ਕੋਈ ਨਹੀਂ ਮੈਂ ਦੇਖ ਲੂੰਗਾ, ਕਰ ਲਓ, ਅੱਜ ਮੈਂ ਦੇਖਦਾ। ਉਹ ਮਤਲਬ ਆਪਣੇ ਆਪ ਨੂੰ ਜਿਵੇਂ ਕਹਿ ਲਓ ਕਿ ਆਪਣੇ ਆਪ ਨੂੰ ਗ੍ਰਿਫਤਾਰ ਕਰਵਾਉਣ ਲਈ ਆਰਾਮ ਨਾਲ ਬੈਠਾ ਸੀ ਕਿ ਮਤਲਬ ਤੁਸੀਂ ਕਰ ਲਓ ਜੋ ਕੁਝ ਮਰਜ਼ੀ। ਮਤਲਬ ਹੀ ਵਾਜ਼ ਹੈਪੀ। ਮਤਲਬ ਮੈਂ ਤਾਂ ਇਹ ਚਾਹੁੰਦੀ ਹਾਂ ਕਿ ਐਟਲੀਸਟ ਹੁਣ ਇੰਨੇ ਕੇਸਿਸ ਹੋ ਚੁੱਕੇ ਹੈ, ਐਟਲੀਸਟ ਫੀਮੇਲ ਸਿਕਿਉਰਟੀ, ਫੀਮੇਲ ਸਟਾਫ ਨੂੰ ਵੀ, ਇੱਕ ਡਾਕਟਰ ਨੂੰ ਐਟਲੀਸਟ ਇੱਕ ਸਿਕਿਉਰਟੀ ਮਿਲਣੀ ਚਾਹੀਦੀ ਹੈ। ਵੀ ਆਰ ਕਮਿੰਗ ਸੋ ਫਾਰ ਫਰੋਮ ਹੋਮ ਕਿ ਹਾਂ ਅਸੀਂ ਜਾ ਕੇ ਪੇਸ਼ੈਂਟ ਦੇਖਣੇ, ਮਰੀਜ਼ ਦੀ ਸੇਵਾ ਕਰਨ ਆ ਰਹੇ ਹਾਂ, ਔਰ ਸਾਨੂੰ ਹੀ ਆ ਕੇ ਇੱਥੇ ਹਰਾਸਮੈਂਟ ਦਾ ਸਾਹਮਣਾ ਕਰਨਾ ਪੈ ਰਿਹਾ। ਇਹਦੇ ਵਿੱਚ 25-9 ਪਿਛਲੇ ਮਹੀਨੇ ਇੱਕ ਕੰਪਲੇਂਟ ਆਈ ਸੀ, ਡਾਕਟਰ ਮਨਦੀਪ ਨੇ ਔਨ ਡਿਊਟੀ ਸੀਗੇ ਹੋਸਪਿਟਲ ਸਰਕਾਰੀ ਆਪਣਾ ਸਿਆਣੇ, ਉਹਨਾਂ ਨਾਲ ਕੋਈ ਐਡਿਕਟ ਹੈਗਾ, ਉਹਦਾ ਕਾਰਡ ਬਣਿਆ ਹੋਇਆ ਸੀ, ਉਹਦਾ ਉੱਥੇ ਦਵਾਈ ਲੈਣ ਗਿਆ, ਉਹਨੇ ਉਹਨਾਂ ਨਾਲ ਵੀ ਬਿਹੇਵ ਕੀਤਾ ਹੈ, ਜਿਹਦੇ ਉੱਤੇ SHO ਸਾਹਿਬ ਨੇ ਆਪ ਜਾ ਕੇ ਉਹਦੀ ਆਪਣਾ ਜਿਹੜਾ ਰੋਕੂ ਕਾਰਵਾਈ ਮਚ ਲਿਆਉਂਦੀ ਸੀਗੀ। ਅਤੇ ਉਹ ਤੋਂ ਬਾਅਦ ਉਸ ਵਕਤ ਉਹਨਾਂ ਨੇ ਕੋਈ ਰਿਟਨ ਕੰਪਲੇਂਟ ਨਹੀਂ ਦਿੱਤੀ ਸੀਗੀ, ਫਿਰ ਵੀ ਅਸੀਂ ਰੋਕੂ ਕਾਰਵਾਈ ਮਚ ਲਿਆਤੀ ਸੀ ਮੌਕੇ ਦੀ ਨਜਾਤ ਨੂੰ ਦੇਖਦੇ ਹੋਏ। ਅਤੇ ਬਾਅਦ ਵਿੱਚੋਂ ਇਹਨਾਂ ਨੇ ਜਿਹੜੀ ਹੈਗੀ ਹੈ ਰਿਟਨ ਕੰਪਲੇਂਟ ਜਿਹੜੀ ਹੈਗੀ ਹੈ SMO ਵੱਲੋਂ ਸਾਨੂੰ ਆਈ ਹੈ, ਜਿਹਦੇ ਉੱਤੇ ਅਸੀਂ ਜਿਹੜਾ ਹੈਗਾ ਹੈ ਵੱਖ ਵੱਖ ਧਾਰਾਵਾਂ ਦੇ ਤਹਿਤ ਦੋਸ਼ੀ ਦੇ ਉੱਤੇ ਆਪਣਾ ਕੇਸ ਰਜਿਸਟਰ ਕਰਕੇ ਅਤੇ ਦੋਸ਼ੀ ਨੂੰ ਅੱਜ ਸਵੇਰੇ ਗ੍ਰਿਫਤਾਰ ਕਰ ਲਿਆ। ਇਹ ਹੈਗੀਆਂ BNS ਦੀਆਂ ਧਾਰਾ ਹੈਗੀਆਂ 78 9 126 2 132 221 3 51 3, BNS ਦੀਆਂ ਧਾਰਾ ਨੇ ਅਤੇ ਡਾਕਟਰੀ ਦੇ ਨਾਲ ਸੰਬੰਧਿਤ ਜਿਹੜੀਆਂ ਅਲੱਗ ਅਲੱਗ ਧਾਰਾ ਉਹਨਾਂ ਦੇ। ਇਹ ਨਸ਼ਾ ਵੀ ਕਰਦਾ ਸੀ, ਇਹ ਐਡਿਕਟ ਹੈਗਾ, ਤਾਂ ਕਾਰਡ ਵੀ ਬਣਿਆ ਹੋਇਆ ਜੀ ਉੱਥੇ। ਇਸ ਤੇ ਕੋਈ ਪਹਿਲਾਂ ਹੀ ਮਾਮਲਾ ਕਰਦਾ ਕੋਈ? ਪਹਿਲਾਂ ਹਾਲੇ ਅਸੀਂ ਦੇਖ ਰਹੇ ਹਾਂ ਤਫਤੀਸ਼ ਦੇ ਦੌਰਾਨ, ਦੇਖ ਰਹੇ ਇਨਵੈਸਟੀਗੇਸ਼ਨ ਦੇਖ ਰਹੇ, ਅੱਜ ਹੀ ਗ੍ਰਿਫਤਾਰ ਕਰਿਆ।